ਅਡੰਬਰ ਇੱਕ ਇੱਦਾਂ ਦਾ ਰਚਾਇਆ ਜਾਂਦਾ ਸੀ ਜਿੱਦਾਂ ਨਾਟਕ ਵਾਲੇ ਨਾਟਕ ਚੁਣਦੇ ਹੈ ਨਾ, ਇੱਦਾਂ ਇੱਕ ਤਰੀਕਾ ਅਪਣਾਇਆ ਜਾਂਦਾ ਸੀ
ਭੋਲੇ ਭਾਲੇ ਲੋਕ ਜਿਹੜੇ ਇੰਨਾ ਸੋਚਦੇ ਸੀ ਕਿ ਰੱਬ ਇੱਕ ਖਾਸ ਹੈ, ਇੱਕ ਖਾਸ ਜਗ੍ਹਾ ਤੇ ਹੁੰਦਾ, ਕਿਸੇ ਕਿਸੇ ਖਾਸ ਖਾਸ ਸਰੀਰ ਦੇ ਅੰਦਰ ਰੱਬ ਹੁੰਦਾ। ਜਦੋਂ ਇੰਨਾ ਆਮ ਲੋਕ ਸੋਚਦੇ ਸੀ, ਫਿਰ ਉਹ ਸੋਚਦੇ ਸੀ ਕਿ ਜੇ ਰੱਬ ਖਾਸ ਸਰੀਰ ਦੇ ਅੰਦਰ ਹੁੰਦਾ ਹੈ ਫਿਰ ਆਹੀ ਰੱਬ ਹੋਵੇਗਾ। ਦੇਹ ਦਾ ਨਿਰਗੁਣ ਐਸ ਸੋਚ ਦੇ ਵਿੱਚੋਂ ਨਿਕਲਦਾ ਹੈ, ਪਰ ਗੁਰਬਾਣੀ ਦੀ ਸੋਚ, ਗੁਰੂ ਨਾਨਕ ਸਾਹਿਬ ਦੀ ਸੋਚ ਜਿਹੜੀ ਉਹ ਸਾਨੂੰ ਸਮਝਾਉਂਦੀ ਹੈ ਸਹਿਜ ਸਰਵਣ ਜਾਂ ਤੇ ਹਜ਼ਾਰਾਂ ਹੀ ਅੱਖਾਂ ਉਸੇ ਨੇ ਜਾਂ ਫਿਰ ਕੋਈ ਅੱਖ ਉਸਦੀ ਨਹੀਂ। ਇਸ ਸੋਚ ਨੂੰ ਅਸੀਂ ਅਪਣਾ ਲਈਏ, ਸਾਡੇ ਅੰਦਰੋਂ ਕਿਸੇ ਸਰੀਰ ਦੀ ਪੂਜਾ ਵਾਲੀ ਭਾਵਨਾ ਮਨ ਦੇ ਅੰਦਰ ਜਿਹੜਾ ਸਤਿਕਾਰ ਉੱਠਦਾ ਨਾ ਕਿਸੇ ਇੱਕ ਖਾਸ ਦੇ ਪ੍ਰਤੀ, ਤੇ ਬਾਕੀਆਂ ਦੇ ਪ੍ਰਤੀ ਜਿਹੜੀ ਨਫ਼ਰਤ ਪੈਦਾ ਹੁੰਦੀ ਉਹ ਆਪਣੇ ਆਪ ਖਤਮ ਹੋ ਜਾਵੇ। ਇਸ ਸੋਚ ਨੂੰ ਅਪਣਾ ਲਈਏ ਕਿ ਹਜ਼ਾਰਾਂ ਹੀ ਅੱਖਾਂ ਉਸਦੀਆਂ ਨੇ ਜਾਂ ਫਿਰ ਕੋਈ ਇੱਕ ਖਾਸ ਅੱਖ ਵੀ ਉਸਦੀ ਨਹੀਂ। ਇਸ ਤਰ੍ਹਾਂ ਇਹ ਸੋਚ ਨੂੰ ਅਸੀਂ ਸੋਚਦਾ ਬਾਣੀ ਤੋਂ ਅਪਣਾ ਲਏ। ਸਤਿਗੁਰੂ ਜੀ ਪ੍ਰਮਾਣ ਕਰ ਰਹੇ ਹੈ ਕਿ ਏਕੋ ਏਕ ਆਪ ਇੱਕ ਇੱਕ ਹੈ, ਇੱਕ ਹੈ ਵਿੱਚ ਏਕੀ ਹੈ, ਪਰ ਉਸ ਇੱਕੇ ਦਾ ਕੀ ਅਸਾਰਾ ਹੈ, ਉਹੀ ਸਾਰੇ ਆਸਮਾਏ ਹੋਏ। ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਜੇ ਕਿਤੇ ਅਸੀਂ ਸਮਝ ਲਈਏ ਤੇ ਸਾਡੇ ਮਨਾਂ ਦੇ ਅੰਦਰੋਂ ਜਿੱਥੇ ਵਹਿਮ ਭਰਮ ਖਤਮ ਹੁੰਦੇ ਹਨ ਉੱਥੇ ਸਾਡੇ ਸਿਰਾਂ ਦੇ ਉੱਪਰ ਜ਼ਿੰਮੇਵਾਰੀਆਂ ਦੇ ਭਾਰ ਵੀ ਪੈਂਦੇ ਆ। ਜ਼ਿੰਮੇਵਾਰੀਆਂ ਇਹ ਕਿ ਜ਼ਿੰਦਗੀ 'ਚ ਜੋ ਕਰਨਾ ਹੈ ਸਾਨੂੰ ਆਪ ਹੀ ਕਰਨਾ ਪੈਣਾ ਹੈ। ਇਹ ਇਹ ਜ਼ਿੰਮੇਵਾਰੀ ਦਾ ਭਾਰ ਜਿਹੜਾ ਫਿਰ ਸਾਡੇ ਸਿਰ ਤੇ ਪੈ ਜਾਂਦਾ ਜੇ ਅਸੀਂ ਉਸ ਸ਼ਬਦ ਨੂੰ ਸਮਝ ਲਈਏ। ਸ਼ਬਦ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਹੋਏ। ਸਾਰਾ ਕੁਝ ਹੀ ਅਕਾਲ ਪੁਰਖ ਹੈ, ਅਕਾਲ ਪੁਰਖ ਤੋਂ ਬਿਨਾਂ ਕੁਝ ਵੀ ਨਹੀਂ, ਸਾਰਾ ਕੁਝ ਹੀ ਅਕਾਲ ਪੁਰਖ ਹੈ, ਅਕਾਲ ਪੁਰਖ ਤੋਂ ਬਿਨਾਂ ਕੁਝ ਵੀ ਨਹੀਂ। ਹਰ ਇੱਕ ਜੀਵ, ਹਰ ਇੱਕ ਮਨੁੱਖ, ਹਰ ਇੱਕ ਰੁੱਖ ਪੌਦਾ ਆਪਣੇ ਆਪ ਦੇ ਵਿੱਚ ਅਕਾਲ ਪੁਰਖ ਦਾ ਹੀ ਤੱਤ ਹੈ, ਉਸੇ ਦਾ ਹੀ ਬੀਜ ਹੈ। ਆਪਾਂ ਜਾਣਦੇ ਕਿ ਇੱਕ ਬੀਜ ਜਿਹੜਾ ਹੈ ਉਹ ਇੱਕ ਰੁੱਖ ਹੋਇਆ ਕਰਦਾ, ਹਰ ਇੱਕ ਬੀਜ ਇੱਕ ਰੁੱਖ ਹੋਇਆ ਕਰਦਾ, ਤੇ ਜਿਹੜਾ ਬੀਜ ਤੱਤਾਂ ਨਾਲ ਭਰਿਆ ਹੈ ਉਹ ਸੰਪੂਰਨ ਰੁੱਖ ਬਣ ਜਾਂਦਾ ਹੈ। ਇਸੇ ਤਰ੍ਹਾਂ ਹਰ ਇੱਕ ਜੀਵ, ਹਰ ਇੱਕ ਮਨੁੱਖ ਉਸਦਾ ਹੀ ਤੱਤ ਹੈ, ਉਸ ਪਰਮਾਤਮਾ ਦਾ ਤੱਤ ਹੈ, ਉਸ ਪਰਮਾਤਮਾ ਦਾ ਹੀ ਬੀਜ ਰੂਪ ਹੈ ਜਿਹੜਾ ਰੁੱਖ ਬਣ ਸਕਦਾ ਹੈ। ਜਿਨ ਹਰ ਜਪਿਆ ਸੇ ਹਰ ਪਾਇਆ।